ਰੱਖੀਆਂ ਸੀ। 2-4D ਦੇ ਇੱਕ ਸਮੱਸਿਆ ਆਉਂਦੀ ਹੁੰਦੀ ਹੈ। ਨੈਕਸਟ ਨਰਮੇ ਦੇ ਵਿੱਚ ਨਾ ਕਈ ਵਾਰੀ 2-4D ਦੇ ਲੱਛਣ ਆ ਜਾਂਦੇ ਨੇ ਬਾਂਦਰ ਪੰਜੇ ਦੇ। ਹੁਣ ਉਹ ਕਿੰਨੀ ਕੁ ਇੰਟੈਂਸਿਟੀ ਨਾਲ ਆਏ ਨੇ ਉਹਦੇ ਹਿਸਾਬ ਨਾਲ ਠੀਕ ਹੋਣਾ ਆ। ਕਲੀ ਕੁਲੀ ਪਾ ਕੇ ਨਹੀਂ ਠੀਕ ਹੁੰਦੇ, ਨਾ ਕੋਈ ਫੰਗੀਸਾਈਡ ਕਰਨ ਦੀ ਲੋੜ ਹੈ। ਕਿਉਂਕਿ ਦੇਖੋ ਇੱਕ ਤਾਂ ਨਰਮੇ ਦੇ ਉੱਤੋਂ ਪ੍ਰੋਫਿਟ ਲੈਣ ਦਾ ਮਤਲਬ ਇਹੀ ਹੈ ਸਿੱਧਾ ਸਿੱਧਾ ਕਿ ਦੁਕਾਨਦਾਰ ਦੀ ਗੱਲਾਂ ਦੇ ਵਿੱਚ ਆ ਕੇ ਫਾਲਤੂ ਸਪਰੇਅ ਨਾ ਕਰੀਏ ਆਪਾਂ, ਉਹਦੇ ਨਾਲ ਵੀ ਆਪਣਾ ਪ੍ਰੋਫਿਟ ਹੋ ਜਾਂਦਾ। ਜੇ ਆਪਾਂ ਫਾਲਤੂ ਸਪਰੇਆਂ 'ਚ ਪੈ ਗਏ ਆ, ਫੰਗੀਸਾਈਡ ਕਰ ਲਓ, ਆਹ ਕਰ ਲਓ, ਇਹਦੇ ਵਿੱਚ ਸਟ੍ਰੈਪਟੋ ਪਾ ਲਓ ਜਾਂ ਉਹ ਕਰ ਲਓ, ਉਹਦੇ ਨਾਲ ਕੋਈ ਫਾਇਦਾ ਨਹੀਂ। 2-4D ਦੇ ਲੱਛਣ ਸਹੀ ਨਹੀਂ ਹੋਣ ਵਾਲੇ ਬਾਂਦਰ ਪੰਜੇ ਵਾਲੇ। ਸੋ ਇਹਦਾ ਸਿਰਫ ਇਹੀ ਹੈ ਧਿਆਨ ਰੱਖਣ ਵਾਲੀ ਕਿ ਆਪਾਂ ਡਰਮੀਆਂ ਜਾਂ ਡਰੰਮ ਜਿਹਦੇ ਤੋਂ ਸਪਰੇਅ ਕਰਦੇ ਪਏ ਹਾਂ ਉਹਦੇ ਤੋਂ ਇੰਸ਼ੋਰ ਕਰ ਲਓ ਕਿ ਵਿੱਚ 2-4D ਤਾਂ ਨਹੀਂ ਕਰਕੇ ਆਇਆ। ਜੇ ਡਾਇਰੈਕਟ ਡਰਾਮੀ ਉਹ ਵਰਤ ਲਿਆ ਫਿਰ ਇਹਦਾ ਨੁਕਸਾਨ ਜ਼ਿਆਦਾ। ਕਈ ਵਾਰੀ ਇਹ ਟਾਵੇਂ ਟਾਵੇਂ ਬੂਟੇ 'ਤੇ ਬਾਂਦਰ ਪੰਜੇ ਦੇ ਲੱਛਣ ਦਿਖਣ ਲੱਗ ਜਾਂਦੇ ਨੇ। ਉਹ ਹੁੰਦਾ ਕੀ ਹੈ, ਦੂਰ ਦੁਰੇਡੇ ਕਿਸੇ ਨੇ ਕੀਤੀ, 8-10 ਕਿਲੋਮੀਟਰ ਤੱਕ ਇਹਦੇ ਫਿਊਮ ਚਲੇ ਜਾਂਦੇ ਨੇ। ਕਿਸੇ ਝੋਨੇ ਵਾਲੇ ਨੇ ਕੀਤੀ ਹੈ, ਮੱਕੀ ਵਾਲੇ ਨੇ ਕੀਤੀ ਹੈ, ਉਹ ਜਦੋਂ ਗਰਮੀ ਦੇ ਵਿੱਚ ਉੱਪਰਲੇ ਮੌਸਮ 'ਚ ਜਾਂਦੀ ਹੈ, ਰਾਤ ਨੂੰ ਥੋੜ੍ਹੀ ਜਿਹੀ ਠੰਡ ਪੈਂਦੀ ਹੈ, ਟੈਂਪਰੇਚਰ ਠੰਡਾ ਹੁੰਦਾ, ਜਿੱਥੇ ਸੈਟਲ ਹੁੰਦੀ ਹੈ ਉਹਦੇ ਫਿਊਮ, ਉੱਥੇ ਕਿਤੇ ਕਿਤੇ ਟਾਵੇਂ ਟਾਵੇਂ ਬੂਟੇ ਨੂੰ ਆ ਜਾਣਗੇ। ਉਹ ਨੁਕਸਾਨ ਕੋਈ ਨਹੀਂ ਕਰਦੇ ਝਾੜ 'ਚ, ਆਪਣੇ ਆਪ ਰਿਵਾਈਵ ਕਰ ਜਾਂਦੇ ਨੇ। ਅਤੇ ਜੇ ਇਹਦਾ ਨੁਕਸਾਨ ਹੋਣ ਵਾਲੇ ਆ ਗਏ ਹੈ ਤੇ ਫਿਰ ਤਕਰੀਬਨ ਇਹ ਸਮਝ ਲਓ ਕਿ 3 ਤੋਂ ਲੈ ਕੇ 8 ਹਫ਼ਤਿਆਂ ਤੱਕ ਨਰਮੇ ਦੇ ਵਿੱਚ ਜਿਹੜੀ ਗਰੋਥ ਆਉਣੀ ਹੈ ਉਹ ਸਾਰੀ ਇਹ ਆਊਗੀ, ਹੌਲੀ ਹੌਲੀ ਡਿਲੀਊਟ ਹੋ ਕੇ ਹੀ ਆਪੇ ਜਾਊਗੀ ਇਹ ਨਰਮੇ ਦੇ ਵਿੱਚੋਂ। ਇਹ ਕਿੰਨੀ ਮਿਕਦਾਰ 'ਚ ਪਈ ਆ ਉਹਦੇ 'ਤੇ ਡਿਪੈਂਡ ਕਰਦਾ। ਹੁਣ ਸਾਰਾ ਫੁੱਲ ਫਲਾਕੇ ਦਾ ਪੀਰੀਅਡ ਕਿੰਨਾ ਦੱਸਿਆ ਮੈਂ ਤੁਹਾਨੂੰ, 7 ਹਫ਼ਤਿਆਂ ਦਾ। ਜੇ ਹੁਣ 8 ਹਫ਼ਤੇ ਵਾਸਤੇ ਨਰਮਾ ਹੀ ਖੜ ਗਿਆ, ਉਹਨੇ ਕੀ ਦੇਣਾ ਫਿਰ ਉਹਦੇ 'ਚ? ਸੋ ਜੇ 3 ਹਫ਼ਤਿਆਂ ਦੇ ਵਿੱਚ ਰਿਵਾਈਵ ਹੋਣਾ ਤਾਂ ਉਹਨੇ 3 ਹਫ਼ਤਿਆਂ ਦੇ ਵਿੱਚ ਰਿਵਾਈਵ ਹੋ ਜਾਣਾ। ਫਿਰ ਉਹ ਜਿਹੜਾ ਵਿਚਕਾਰ ਸੈਂਟਰ ਦੇ ਵਿੱਚ ਜਿੱਥੇ ਪੱਤੇ ਜ਼ਿਆਦਾ ਖਰਾਬ ਨਹੀਂ ਹੋਏ, ਉਹ ਸੈਂਟਰ ਦੇ ਵਿੱਚ ਜਿੱਥੇ ਲੱਛਣ ਆਏ ਸੀ ਉਹਨੇ ਕੁ ਹੋਣਗੇ, ਉੱਪਰ ਤੋਂ ਬਾਅਦ ਜਿਹੜੀ ਨਵੀਂ ਗਰੋਥ ਆਊਗੀ ਉਹ ਆਪਣੇ ਆਪ ਸਹੀ ਹੋ ਜੂਗੀ 3 ਹਫ਼ਤਿਆਂ ਬਾਅਦ। ਉਹ ਡਿਪੈਂਡ ਕਰਦਾ ਕਿੰਨੀ ਮਿਕਦਾਰ ਦੇ ਵਿੱਚ, ਜੇ ਜ਼ਿਆਦਾ ਮਿਕਦਾਰ ਦੇ ਵਿੱਚ ਹੋ ਗਈ ਹੈ ਸਾਰੇ ਪੱਤੇ ਬਾਂਦਰ ਪੰਜੇ ਬਣ ਗਏ, ਫਿਰ ਉਹਨਾਂ ਦਾ ਸਹੀ ਹੋਣਾ ਉਹ ਕੋਈ ਹੈ ਨਹੀਂ, ਉਹਦੇ 'ਚ ਫਰਕ ਹੈ ਨਹੀਂ। ਸੋ ਇਹ ਗੱਲਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਠਰੰਮੇ ਨਾਲ ਇੰਨਾ ਲੰਬਾ ਲੈਕਚਰ ਮੇਰਾ ਸੁਣਿਆ।